ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਲਾਸਟ ਤੋਂ ਲੈਕਚਰਸ ਦੇਖ ਲਏ ਹੋਣਗੇ ਤੇ ਕੋਈ ਵੀ ਡਾਊਟ ਹੋਵੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਨੈਕਸਟ ਆਪਾਂ ਸ਼ੁਰੂ ਕਰਦੇ ਆਂ ईवीएस ਦੇ ਚੈਪਟਰ 3 ਨਾਲ ਜੋ ਕਿ ਹੈ ਫੇਅਰਸ ਐਂਡ ਸਪੋਰਟਸ ਮੇਲੇ ਅਤੇ ਖੇਡਾਂ ਬੱਚੋ ਮੇਲੇ ਨੂੰ ਇੰਗਲਿਸ਼ 'ਚ ਅਸੀਂ ਫੇਅਰ ਕਹਿੰਦੇ ਆਂ ਤੇ ਖੇਡਾਂ ਨੂੰ ਆਪਾਂ ਸਪੋਰਟਸ ਜਾਂ ਗੇਮਸ ਕਹਿੰਦੇ ਆਂ ਪਹਿਲੇ ਆਪਾਂ ਪੜਾਂਗੇ ਮੇਲਿਆਂ ਬਾਰੇ ਬੱਚੋ ਮੇਲੇ ਤੁਸੀਂ ਬਚਪਨ ਤੋਂ ਹੀ ਦੇਖਦੇ ਆ ਰਹੇ ਹੋਵੋਗੇ ਆਪਣੇ ਮਮਾ ਪਾਪਾ ਨਾਲ ਆਪਣੇ ਭੈਣ ਭਰਾਵਾਂ ਨਾਲ ਆਪਣੇ ਦੋਸਤਾਂ ਨਾਲ ਤੁਸੀਂ ਮੇਲੇ 'ਚ ਜ਼ਰੂਰ ਜਾਂਦੇ ਹੋਗੇ ਭਾਰਤ ਵਰਗੇ ਦੇਸ਼ ਵਿੱਚ ਪੂਰੇ ਸਾਲ ਕੋਈ ਨਾ ਕੋਈ ਮੇਲਾ ਚੱਲਦਾ ਹੀ ਰਹਿੰਦਾ ਹੈ ਜਿੱਦਾਂ ਸ਼ੀਦੀ ਜੋੜ ਮੇਲਾ ਵਿਸਾਖੀ ਦਾ ਮੇਲਾ ਬਾਬਾ ਸੋਢਲ ਦਾ ਮੇਲਾ ਮਾਗੀ ਦਾ ਮੇਲਾ ਅਤੇ ਹੋਰ ਵੀ ਬਹੁਤ ਕੁਝ ਬਸੰਤ ਪੰਚਮੀ ਦਾ ਮੇਲਾ ਪੰਜਾਬ 'ਚ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਕਪੂਰਥਲਾ ਦੇ ਸ਼ਾਲੀਮਾਰ ਬਾਗ ਚ ਬਸ ਬਸੰਤ ਪੰਚਮੀ ਦਾ ਜੋ ਮੇਲਾ ਹੈ ਇਹ ਪਿਛਲੇ 100 ਸਾਲਾਂ ਤੋਂ ਵੀ ਵੱਧ ਟਾਈਮ ਤੋਂ ਇੱਥੇ ਮਨਾਇਆ ਜਾ ਰਿਹਾ ਹੈ ਇੱਥੇ ਬਹੁਤ ਸਾਰੇ ਖਾਨ ਪੀਣ ਦੀਆਂ ਮਠਾਈਆਂ ਦੀਆਂ ਖਿਡੌਣਿਆਂ ਦੇ ਸਟਾਲਸ ਲੱਗਦੇ ਨੇ ਦੁਕਾਨਾਂ ਝੋਲੇ ਲੱਗਦੇ ਨੇ ਤੇ ਵੱਡੇ ਵੱਡੇ ਕਲਾਕਾਰ ਆਪਣੀ ਪਰਫਾਰਮੈਂਸ ਦੇਣ ਵਾਸਤੇ ਇੱਥੇ ਆਉਂਦੇ ਨੇ ਬਸੰਤ ਪੰਚਮੀ ਵਾਲੇ ਦਿਨ ਮਾਤਾ ਸਰਸਵਤੀ ਨੂੰ ਪੂਜਿਆ ਜਾਂਦਾ ਹੈ ਮਾ ਸਰਸਵਤੀ ਨੂੰ ਵਿਦਿਆ ਅਤੇ ਕਲਾ ਦੀ ਦੇਵੀ ਮੰਨਿਆ ਜਾਂਦਾ ਹੈ ਇਸ ਦਿਨ ਸਭ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਨੇ ਪੀਲੇ ਰੰਗ ਦੀਆਂ ਚੀਜ਼ਾਂ ਘਰੇ ਖਾਣ ਵਾਸਤੇ ਬਣਾਉਂਦੇ ਨੇ ਜਿਵੇਂ ਪੀਲੀ ਜਲੇਬੀ ਪੀਲੀ ਅਪੀਲਾ ਕੜਾ ਪੀਲੇ ਚੋਲ ਪਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਣਦੇ ਵੀ ਬਹੁਤ ਮੁਕਾਬਲੇ ਹੁੰਦੇ ਨੇ ਬੱਚੇ ਅਤੇ ਵੱਡੇ ਸਭ ਇਸ ਵਿੱਚ ਬੱਦ ਛੱਡ ਕੇ ਹਿੱਸਾ ਲੈਂਦੇ ਨੇ ਪਰ ਸਾਨੂੰ ਬੱਚੋ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਪਤੰਗ ਉਡਾਣੀ ਹੈ ਉਹ ਖੁੱਲੇ ਮੈਦਾਨ ਵਿੱਚ ਹੋਵੇ ਆਪਣੇ ਘਰਾਂ ਦੀ ਛੱਤਾਂ ਉੱਤੇ ਸੜਕ ਦੇ ਕਿਨਾਰੇ ਪੇੜ ਪੌਦਿਆਂ ਲੱਗੀਆਂ ਬਿਜਲੀ ਦੀ ਤਾਰਾਂ ਲੱਗੇ ਪਤੰਗ ਨਹੀਂ ਉਡਾਣੀ ਚਾਹੀਦੀ ਇਦੇ ਨਾਲ ਅਸੀਂ ਦੂਸਰਿਆਂ ਲਈ ਤੇ ਖੁਦ ਦੇ ਲਈ ਵੀ ਬਹੁਤ ਮੁਸੀਬਤ ਖੜੀ ਕਰ ਸਕਦੇ ਹਾਂ। ਅ ਪਤੰਗ ਉਡਾਉਣ ਨੂੰ ਬੱਚੋ ਇੰਗਲਿਸ਼ 'ਚ ਕਾਈਟ ਫਲਾਈਂਗ ਕਿਹਾ ਜਾਂਦਾ ਹੈ। ਅ ਬਸੰਤ ਦੇ ਮੇਲੇ ਦੀ ਤਰ੍ਹਾਂ ਹੀ ਬਹੁਤ ਮਸ਼ਹੂਰੀਖੋਰ ਮੇਲੇ ਆ ਜਿਹਨੂੰ ਬਹੁਤ ਉਮਤਾਮ ਨਾਲ ਮਨਾਇਆ ਜਾਂਦਾ ਹੈ ਉਹ ਹੈ ਮਾਗੀ ਦਾ ਮੇਲਾ। ਮਾਗੀ ਦਾ ਮੇਲਾ ਜਨਵਰੀ ਦੇ ਮਹੀਨੇ 'ਚ ਮਨਾਇਆ ਜਾਂਦਾ ਹੈ। ਮਾਗੀ ਦੇ ਮੇਲੇ ਨੂੰ ਮਕਰ ਸੰਕ੍ਰਾਂਤੀ ਕਹਿੰਦੇ ਆਪਾਂ ਹਿੰਦੀ 'ਚ। ਇਸ ਮੇਲੇ ਨੂੰ 40 ਮੁਕਤੀਆਂ ਦੀ ਯਾਦ 'ਚ ਮਨਾਇਆ ਜਾਂਦਾ ਹੈ। ਜਿੱਦਾਂ ਪਸੰਦ ਦਾ ਮੇਲਾ ओके ਜਿੱਦਾਂ ਪਸੰਦ ਦਾ ਮੇਲਾ ਕਪੂਰਥਾ ਲੈਤਾ ਮਸ਼ਹੂਰ ਹੈ ਉਹਦੀ ਮੁਕਸਰ ਸਾਹਿਬ ਦਾ ਮਾਗੇ ਦਾ ਮੇਲਾ ਬਹੁਤ ਮਸ਼ਹੂਰ ਹੈ ਸ਼੍ਰੀ ਮੁਕਸਰ ਸਾਹਿਬ ਨੂੰ ਪੁਰਾਣੇ ਸਮੇਂ ਚ ਖਿਦਰਾਣੇ ਦੀ ਢਾਬ ਵੀ ਕਿਹਾ ਜਾਂਦਾ ਸੀ ਸੋ ਬੱਚੋ ਇਹ ਤੇ ਸੀਗੇ ਪੰਜਾਬ ਦੇ ਮਸ਼ਹੂਰ ਮੇਲਿਆਂ ਬਾਰੇ ਹੁਣ ਅੱਗੇ ਵੱਧਦੇ ਆ ਖੇਡਾਂ ਵੱਲ ਗੇਮਸ ਐਂਡ ਸਪੋਰਟਸ ਤੋਂ ਤਰੰਤੀ ਹੁੰਦੀਆਂ ਨੇ ਇਨਡੋਰ ਗੇਮਸ ਐਂਡ ਆਊਟਡੋਰ ਗੇਮਸ ਇੰਡੋਰ ਗੇਮਸ ਉਹ ਖੇਡਾਂ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਘਰਾਂ 'ਚ ਬੈ ਕੇ ਵੀ ਖੇਡ ਸਕਦੇ ਆ ਤੇ ਆਊਟਡੋਰ ਗੇਮਸ ਉਹ ਖੇਡਾਂ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਘਰਾਂ ਤੋਂ ਬਾਹਰ ਖੇਡਦੇ ਆ ਪਹਿਲੇ ਅਸੀਂ ਪੜਾਂਗੇ ਇੰਡੋਰ ਗੇਮਸ ਬਾਰੇ ਇੰਡੋਰ ਗੇਮਸ 'ਚ ਬੱਚੋ ਜੇ ਤਾਂ ਤੁਸੀਂ ਦੇਖ ਸਕਦੇ ਹੋ ਲੁੱਡੋ ਕੈਰਮ ਬੋਰਡ ਚੋਰ ਸਪਹੀ ਇਹ ਸਭ ਚੀਜ਼ਾਂ ਆਪਣੇ ਘਰਾਂ 'ਚ ਅਸੀਂ ਆਪਣੇ ਭੈਣ ਭਰਾਵਾਂ ਨਾਲ ਆਪਣੇ ਦੋਸਤਾਂ ਨਾਲ ਖੇਡ ਸਕਦੇ ਆ ਦੂਜੇ ਪਾਸੇ ਬੱਚੋ ਬਾਹਰ ਖੇਡਣ ਵਾਲੀ ਗੇਮਸ ਜਿਨ੍ਹਾਂ ਨੂੰ ਆਪਾਂ ਆਊਟਡੋਰ ਗੇਮਸ ਕਹਿੰਦੇ ਆ ਇਹਦੇ ਵਿੱਚ ਲੁਕਣ ਮਿਚੀ ਜਿੰਨੂੰ ਆਪਾਂ ਇੰਗਲਿਸ਼ ਚ ਹਾਈਡ ਐਂਡ ਸੀਕ ਕਹਿੰਦੇ ਆ ਉਹ ਹੈ ক্রিকেট ਇਹ ਤੁਸੀਂ ਸਾਰੇ ਜਿੰਨੂੰ ਬੈਡਵਾਲ ਕਹਿੰਦੇ ਹੋ ਆਪਣੀ ਲੈਂਗੁਏਜ ਚ ਤੁਸੀਂ ਸਕੂਲਸ ਚ ਤੇ ਆਪਣੇ ਘਰਾਂ ਚ ਵੀ ਖੇਡਦੇ ਹੋਗੇ ਹਾਕੀ ਹੋਗੀ ਬੱਚੋ ਹਾਕੀ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹੈ ਤ ਰਾਸ਼ਟਰੀ ਖੇਡ ਦੀ ਗੱਲ ਚੱਲੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਕਿ ਸਾਡਾ ਹੋਕੀ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹੈ ਤੇ ਜਿਹਨੂੰ ਇੰਗਲਿਸ਼ ਆਪਾਂ ਨੈਸ਼ਨਲ ਗੇਮ ਕਹਿੰਦੇ ਆ ਇਹਦੇ ਨਾਲ ਤੁਹਾਨੂੰ ਹੋਰ ਵੀ ਦੋ ਚੀਜ਼ਾਂ ਬਾਰੇ ਦੱਸ ਦਵਾਂ ਸਾਡੇ ਰਾਸ਼ਟ੍ਰ ਫੁੱਲ ਜਿਹੜਾ ਹੈ ਉਹ ਕਮਲ ਦਾ ਫੁੱਲ ਹੈ ਜਿਹਨੂੰ ਨੋਟਿਸ ਕਿਹਾ ਜਾਂਦਾ ਹੈ ਅਤੇ ਰਾਸ਼ਟਰੀ ਜਾਨਵਰ ਟਾਈਗਰ ਹੈ ਰਾਸ਼ਟਰੀ ਪੰਛੀ ਮੋਰ ਹੈ ਜਿਸਨੂੰ ਅਸੀਂ ਪੀਕਾਕ ਕਹਿੰਦੇ ਆ ਸੋ ਕਮਿੰਗ ਬੈਕ ਟੂ ਹੋਕੀ ਹੌਕੀ ਸਿਰਫ ਮੁੰਡਿਆਂ ਨੇ ਹੀ ਨਹੀਂ ਕੁੜੀਆਂ ਨੇ ਵੀ ਬਹੁਤ ਉੱਚੇ ਮੁਕਾਮ ਹਾਸਲ ਕੀਤੇ ਨੇ ਡਾਕਟਰ ਰੂਪਾ ਸੈਣੀ ਨੂੰ ਅਰਜਨ ਅਵਾਰਡ ਅਤੇ ਖੇਡ ਰਤਨ ਨਾਲ ਨਵਾਜ਼ਿਆ ਗਿਆ ਹੈ ਇਹ ਸਭ ਖੇਡਾਂ ਸਾਨੂੰ ਸਕੂਲ 'ਚ ਵੀ ਖਿਡਾਈਆਂ ਜਾਂਦੀਆਂ ਨੇ ਹੌਕੀ ਕ੍ਰਿਕਟ ਦੇ ਨਾਲ-ਨਾਲ ਕਬੱਡੀ ਅਤੇ ਕੁਸ਼ਤੀ ਵੀ ਕਈ ਸਕੂਲਾਂ 'ਚ ਖਿਡਾਈ ਜਾਂਦੀ ਹੈ ਦੌੜਾਂ ਜਿਨ੍ਹਾਂ ਨੂੰ ਅਸੀਂ ਇੰਗਲਿਸ਼ 'ਚ ਰੇਸਿੰਗ ਕਹਿੰਦੇ ਆ ਇਹ ਤਾਂ ਹਰ ਸਕੂਲ ਵਿੱਚ ਖਿਡਾਈ ਜਾਂਦੀ ਹੈ ਤੇ ਇਹਦੇ ਕੰਪੀਟੀਸ਼ਨਸ ਵੀ ਅਲੱਗ-ਅਲੱਗ ਲੈਵਲ ਤੇ ਹੁੰਦੇ ਨੇ ਮਿਲਖਾ ਸਿੰਘ ਨੂੰ ਤਾਂ ਤੁਸੀਂ ਸਭ ਜਾਣਦੇ ਹੀ ਹੋਵੋਗੇ ਇਹਨਾਂ ਨੂੰ ਫਲਾਈਂਗ ਸਿੱਖ ਵੀ ਕਿਹਾ ਜਾਂਦਾ ਹੈ ਮਿਲਖਾ ਸਿੰਘ ਐਥਲੈਟਿਕਸ ਤੇ ਬਹੁਤ ਅੱਛੇ ਸਨ ਅਤੇ 올림픽 ਚ ਪੁੱਜਣ ਵਾਲੇ ਪਹਿਲੇ ਭਾਰਤੀ ਦੌੜਾਕ ਸਨ ਮਿਲਖਾ ਸਿੰਘ ਦੀ ਤਰ੍ਹਾਂ ਹੋਰ ਵੀ ਖਿਡਾਰਨਾ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਉਹਨਾਂ ਚ ਕੁੜੀਆਂ ਵੀ ਸ਼ਾਮਿਲ ਨੇ ਸੁਨੀਤਾ ਰਾਣੀ ਹੀਮਾ ਦਾਸ ਸਾਡੇ ਦੇਸ਼ ਦੀ ਹੋਣ ਹਰ ਬੇਟੀਆਂ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਉੱਤੇ ਚਮਕਾਇਆ ਹੈ ਸੋ ਅੱਗੇ ਵੱਧਦੇ ਆਂ ਬੱਚੋ ਖੋਖੋਵਲ ਇਹ ਵੀ ਬੱਚੋ ਆਊਟਡੋਰ ਸਪੋਰਟਸ ਚ ਗਿਣੀ ਜਾਂਦੀ ਹੈ ਕਈ ਸਕੂਲਾਂ ਚ ਖੋਖੋ ਖਿਡਾਈ ਵੀ ਜਾਂਦੀ ਹੈ ਚਲੋ ਹੁਣ ਅਸੀਂ ਦੇਖ ਲਿਆ ਕਿ ਇੰਡੋਰ ਤੇ ਆਊਟਡੋਰ ਗੇਮਸ ਕਿਹੜੀਆਂ ਨੇ ਤੇ ਬੱਚੋ ਖੇਡਾ ਸਿਰਫ ਸਾਡੇ ਮਨੋਰੰਜਨ ਦੇ ਤੌਰ ਤੇ ਹੀ ਨਹੀਂ ਬਲਕਿ ਕਈ ਇਹਦੇ ਕਈ ਫਾਇਦੇ ਵੀ ਨੇ ਜਦੋਂ ਅਸੀਂ ਟੀਮ ਬਣਾ ਕੇ ਖੇਡਦੇ ਆਂ ਅਤੇ ਦੂਸਰੇ ਬੱਚਿਆਂ ਦੇ ਨਾਲ ਖੇਡਦੇ ਆਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਮਿਲਦਾ ਹੈ ਸਾਨੂੰ ਇਟ ਹੈਲਪਸ ਇਨ देयर ਫਿਜ਼ੀਕਲ ਡਿਵੈਲਪਮੈਂਟ ਖੇਡਾਂ ਕਰਕੇ ਬੱਚਿਆਂ ਦਾ ਸਰੀਰਕ ਵਿਕਾਸ ਜਿਹੜਾ ਹੈ ਉਹ ਬਹੁਤ ਅੱਛਾ ਹੁੰਦਾ ਹੈ ਜਿਹੜੇ ਬੱਚੇ ਸਰੀਰਕ ਗਤੀਵਿਧੀ ਚ ਭਾਗ ਲੈਂਦੇ ਨੇ ਉਹ ਤੰਦਰੁਸਤ ਹੁੰਦੇ ਨੇ ਅਤੇ ਬੱਚੇ ਬੜੇ ਉਤਸ਼ਾਹਿਤ ਵੀ ਰਹਿੰਦੇ ਨੇ ਇਟ ਹੈਲਪਸ ਇਨ ਬੂਸਟ देयर ਕ੍ਰੀਏਟੀਵਿਟੀ ਖੇਡਾਂ ਕਰਕੇ ਬੱਚਿਆਂ ਚ ਸਿਰਜਣਾਤਮਕਤਾ ਵਧਦੀ ਹੈ ਜਦੋਂ ਅਸੀਂ ਟੀਮ ਚ ਖੇਡਦੇ ਆਂ ਉਦੋਂ ਅਸੀਂ ਅਲੱਗ-ਅਲੱਗ ਤਰਕੀਬਾਂ ਸੋਚਦੇ ਹਾਂ ਜਿਸ ਦੇ ਨਾਲ ਆਪਣੀ ਟੀਮ ਨੂੰ ਅਸੀਂ ਜਿਤਾ ਸਕੀਏ ਇਹਦੇ ਨਾਲ ਸਾਡੇ ਸਰੀਰ ਤੇ ਨਾਲ-ਨਾਲ ਸਾਡੇ ਦਿਮਾਗ ਦੀ ਵੀ ਕਸਰਤ ਹੁੰਦੀ ਹੈ ਜਿਸ ਦੇ ਨਾਲ ਬੱਚੇ ਦੀ ਕ੍ਰੀਏਟੀਵਿਟੀ ਵੀ ਵੱਧਦੀ ਹੈ ਇਟ ਹੈਲਪਸ ਥੈਮ ਅਕਵਾਇਰ ਸੋਸ਼ਲ ਸਕਿਲਸ ਖੇਡਾਂ ਕਰਕੇ ਬੱਚੇ ਸਮਾਜਿਕ ਕੁਸ਼ਲਤਾਵਾਂ ਪ੍ਰਾਪਤ ਕਰਦੇ ਹਨ ਜਦੋਂ ਅਸੀਂ ਦੂਸਰੇ ਬੱਚਿਆਂ ਨਾਲ ਖੇਡਦੇ ਹਾਂ ਉਦੋਂ ਸਾਨੂੰ ਸਮਾਜ ਵਿੱਚ ਚਰਨ ਦੀ ਜਾਂਚ ਆਂਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਬੱਚਿਆਂ ਨਾਲ ਖੇਡਣ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਅਲੱਗ-ਅਲੱਗ ਲੋਕਾਂ ਦੇ ਨਾਲ ਅਸੀਂ ਕਿੱਦਾਂ ਵਿਛੜ ਸਕਦੇ ਹਾਂ ਇਟ ਕੈਨ ਹੈਲਪ them ਡਿਵੈਲਪ ਅ ਪੋਜ਼ਿਟਿਵ ਐਟੀਟਿਊਡ ਖੇਡਾਂ ਕਰਕੇ ਬੱਚਿਆਂ ਚ ਸਕਾਰਾਤਮਕਤਾ ਵਧਦੀ ਹੈ ਜਦੋਂ ਅਸੀਂ ਖੇਡਦੇ ਹਾਂ ਅਸੀਂ ਫਰੈਸ਼ ਫੀਲ ਕਰਦੇ ਹਾਂ ਤੇ ਸਾਡੀ ਬੋਡੀ ਅਤੇ ਸਾਡਾ ਮਾਈਂਡ ਬਹੁਤ ਰਿਲੈਕਸ ਫੀਲ ਕਰਦਾ ਹੈ ਜਿਸ ਦੇ ਨਾਲ ਬੱਚਿਆਂ ਅੰਦਰ ਬਹੁਤ ਪੋਜ਼ਿਟਿਵਿਟੀ ਜਾਂ ਸਕਾਰਾਤਮਕਤਾ ਆਂਦੀ ਹੈ ਇਟ ਹੈਲਪਸ ਇਨ ਪਰਸਨੈਲਿਟੀ ਡਿਵੈਲਪਮੈਂਟ ਖੇਡਾਂ ਕਰਕੇ ਬੱਚਿਆਂ ਦੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ ਹੈ ਇਟ ਹੈਲਪਸ ਇੰਪਰੂਵ ਦਾ ਅਟੈਂਸ਼ਨ ਸਪੈਨ ਇਨ ਚਿਲड्रन ਬੱਚਿਆਂ ਚ ਧਿਆਨ ਵਧਾਨ ਜਾਂ ਕਨਸੈਂਟਰੇਟ ਕਰਨ ਦੀ ਸ਼ਕਤੀ ਵੀ ਵੱਧਦੀ ਹੈ ਸਪੋਰਟਸ ਇੰਪੋਸ ਦੇ ਲਵ ਫॉर এনवायरमेंट ਜਦੋਂ ਅਸੀਂ ਬੱਚੋਂ ਬਾਹਰ ਮੈਦਾਨ ਚ ਖੇਡਦੇ ਆ ਤੇ ਸਾਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਵੀ ਬਹੁਤ ਅੱਛਾ ਲੱਗਦਾ ਹੈ ਅਤੇ ਸਾਡਾ ਪਿਆਰ ਸਾਡੇ ਆਲੇ ਦੁਆਲੇ ਵੱਲ ਵੀ ਬਹੁਤ ਵੱਧਦਾ ਹੈ ਸੋ ਇਹ ਤੇ ਸੀ ਬੱਚੋਂ ਮੇਲੇ ਖੇਡ ਅਤੇ ਉਹਨਾਂ ਦੇ ਲਾਭ ਆਈ ਹੋਪ ਇਹ ਸਭ ਤੁਹਾਨੂੰ ਸਮਝ ਆ ਗਈ ਹੋਏਗੀ ਜੇਕਰ ਕੋਈ ਵੀ ਤੁਹਾਨੂੰ ਦਿੱਕਤ ਆਵੇ ਤੁਸੀਂ ਆਪਣੇ ਕੋਈ ਵੀ ਡਾਊਟ ਕੁਰੀ ਕਮੈਂਟ ਸੈਕਸ਼ਨ ਚ ਪਾ ਸਕਦੇ ਹੋ ਤੇ ਚਲੋ ਬੱਚੋ ਮਿਲਦੇ ਆਪਾਂ ਨੈਕਸਟ ਵੀਡੀਓ ਲੈਕਚਰ